ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦਾ ਵੀ ਬਿਆਨ ਸਾਹਮਣੇ ਆਇਆ ਤੇ ਬਿਆਨ ਜਾਰੀ ਕਰਦੇ ਆ ਪੀਐਮ ਮੋਦੀ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਨੌਜਵਾਨਕ ਸਨ ਅਤੇ ਦਰਜ ਪਰਚਾ ਨੂੰ ਤਾਂ ਰੱਦ ਕਰੇ ਕੇਂਦਰ ਸਰਕਾਰ ਤੇ ਲਖੀਮਪੁਰ ਖੀਰੀਵਾ ਮਾਮਲੇ ਦੇ ਵਿੱਚ ਵੀ ਇਨਸਾਫ ਦੀ ਮੰਗ ਕਿਸਾਨ ਆਗੂਵਾਂ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਲੱਗਦੀ ਜੋ ਮੰਗਾਂ ਕਿਸਾਨਾਂ ਦੀਆਂ ਅਧੂਰੀਆਂ ਹਜੇ ਪਈਆਂ ਨੇ ਖਾਸ ਕਰਕੇ ਐਮਐਸਪੀ ਦੀ ਕਿਉਂਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਤਾਂ ਮੁਲਤਵੀ ਕਰ ਦਿੱਤਾ ਪਰ ਇਹ ਮੰਗਾਂ ਕਿਸਾਨਾਂ ਦੀ ਹਾਲੇ ਬਾਕੀ ਨੇ ਐਮਐਸਪੀ ਤੇ ਵੀ ਕਾਨੂੰਨ ਬਣਾਉਣ ਦੀ ਅਪੀਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕੀਤੀ ਹੈ ਕਿ ਕੁਝ ਇਸ ਮੌਕੇ ਉਹਨਾਂ ਨੇ ਕਿਹਾ ਉਹ ਵੀ ਜਾਣ ਲੈਣੇ ਆਂ ਫਰੋਜਪੁਰ ਪ੍ਰਧਾਨ ਮੰਤਰੀ ਜੀ ਦੀ ਰੈਲੀ ਹੋਣ ਜਾ ਰਹੀ ਹੈ ਡੇਡੇ ਵਿੱਚ ਚੋਣ ਆਗਾਜ਼ ਸ਼ੁਰੂ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ ਸਾਡੀ ਮੰਗ ਸੀ ਕਿ ਵੀ ਲਖੀਮਪੁਰ ਖਿਰੀ ਵਾਲੀ ਘਟਨਾ ਦਾ ਇਨਸਾਫ ਦਿੱਤਾ ਜਾਵੇ ਅਜੇ ਮਿਸ਼ਰਾ ਟੈਣੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਰ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਪਰ ਮੋਦੀ ਸਰਕਾਰ ਨੇ ਉਲਟ ਕਦਮ ਚੁੱਕ ਦਿਆ ਹੈ ਦੋ ਨੌਜਵਾਨ ਕਿਸਾਨਾਂ ਨੂੰ ਹੋਰ ਗ੍ਰਿਫਤਾਰ ਕੀਤਾ ਵਾ ਮੋਦੀ ਜੀ ਪੰਜਾਬ ਦੀ ਫੇਰੀ ਤੇ ਆ ਕੇ ਕੁਛ ਨਾ ਕੁਛ ਜੜੀਆਂ ਗੱਲਾਂ ਕਰਕੇ ਉਹ ਲਖੀਮਪੁਰ ਖੀਰੀ ਜਿਹੜੇ ਪਾਪ ਕਮਾਏ ਨੇ ਜਿਹੜੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਨੇ ਉਹ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ੍ਹਾਂ ਨੂੰ ਉਹਨਾਂ ਦੀ ਫੋਰਸਾਂ ਨੇ ਡਾਂਗਾ ਮਾਰ ਕੇ ਸ਼ਹੀਦ ਕੀਤਾ ਉਹ ਪਾਪ ਨਹੀਂ ਤੁਲ ਜਾਣਾ ਥੋੜਾ ਤੁਸੀਂ ਜੋ ਮਰਜ਼ੀ ਕਰ ਲੋ ਔਰ ਇਹ ਪੰਜਾਬ ਆ ਪੰਜਾਬ ਨੂੰ ਅੱਜ ਫਿਰ ਦਿੱਲੀ ਦਾ ਤਖਤ ਵੰਗਾਰਦਾ ਹੈਗਾ ਭਾਵੇਂ ਦਿੱਲੀ ਦੇ ਤਖਤ ਨੇ ਇਹ ਸਮਝਿਆ ਪਿਆ ਸੀ ਬਹੁਤ ਸਾਰੇ ਥੋੜੇ ਪੰਜਾਬ ਦੇ ਵਿੱਚੋਂ ਥੋੜੇ ਲੀਡਰ ਖਰੀਦ ਲਿਆ ਤੇ ਜਰ ਖਰੀਦ ਪੰਜਾਬ ਦੇ ਸੂਰਬੀਰ ਨਹੀਂ ਹੋ ਸਕਦੇ ਪੰਜਾਬ ਦੇ ਸੂਰਬੀਰ ਕਿਸਾਨ ਮਜ਼ਦੂਰ ਤੇ ਪੰਜਾਬੀ ਹੈਗੇ ਆ ਤੋ ਉਹਨੂੰ ਪੰਜਾਬ ਦੀ ਧਰਤੀ ਤੇ ਕਮੇਲ ਭਾਜਣਾ ਪਾਉਣਗੇ ਆਉਣ ਵਾਲਾ ਸਮਾਂ ਦੱਸੂਗਾ ਮੋਦੀ ਜੀ ਸਮੇਂ ਰਹਿੰਦੇ ਆ ਤੁਸੀਂ ਐਮਐਸਪੀ ਗਰੰਟੀ ਦੇ ਕਾਨੂੰਨ ਤੇ ਗੱਲ ਕਰੋ ਸਮੇਂ ਰਹਿੰਦੇ ਆ ਤੁਸੀਂ ਜਿਹੜੇ ਦਿੱਲੀ ਸਮੇਤ ਸਾਰੇ ਦੇਸ਼ ਦੇ ਕੇਸ ਪਾਏ ਆ ਉਹਨਾਂ ਤੇ ਸੋਚੋ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕਰੋ ਔਰ ਜਿਹੜੇ 750 ਤੋਂ ਬਾਅਦ ਤੁਸੀਂ ਲਾਸ਼ਾਂ ਜਿਹੜੀਆਂ ਸਾਡੀਆਂ ਬਾਡੇ ਮੋਢਿਆਂ ਤੇ ਰਖਾ ਕੇ ਪੰਜਾਬ ਨੂੰ ਵਾਪਸ ਕੀਤੀਆਂ ਸਾਡੇ ਯੋਧੇ ਸ਼ਹੀਦ ਕੀਤੇ ਆ ਮਾੜੀ ਮੋਟੀ ਸ਼ਰਮ ਹੈਗੀ ਆ ਤਾਂ ਤੁਸੀਂ ਉਹਨਾਂ ਦੇ ਨਿਵੇਤ ਕੋਈ ਚਾਰ ਸ਼ਬਦ ਕਹਿ ਦਿਓ ਤੋ ਇਸ ਕਰਕੇ ਤੁਹਾਡੇ ਤੋਂ ਆਸ ਨਹੀਂ ਕੀਤੀ ਜਾ ਸਕਦੀ ਅਜੇ ਤੱਕ ਪੋਲੂਸ਼ਨ ਵਾਲੇ ਅਕਤੋਂ ਤੁਸੀਂ ਕਿਸਾਨਾਂ ਨੂੰ ਨਹੀਂ ਕੱਢਿਆ ਹੋਗਾ ਤੇ ਮੋਦੀ ਜੀ ਇਹ ਵੀ ਪੂਰਾ ਦੇਸ਼ ਤੁਹਾਡੇ ਤੋਂ ਜਵਾਬ ਮੰਗਦਾ ਵਾ ਵੀ ਤੁਸੀਂ ਕਿਹਾ ਸੀਗਾ 2022 ਦੇ ਵਿੱਚ ਆਮਦਨ ਦੁੱਗਣੀ ਹੋ ਜਾਊਗੀ ਕਿਉਂ ਨਹੀਂ ਬੋਲਦੇ ਹੋਗੇ ਹਾਂ ਇਹ ਪੱਕੀ ਗੱਲ ਆ ਵੀ ਕਾਰਪੋਰੇਟ ਪੱਕੀ মিডিਆ ਇਹ ਗੱਲਾਂ ਦਾ ਜਵਾਬ ਮੋਦੀ ਜੀ ਕੋ ਨਹੀਂ ਮੰਗੂਗਾ ਅਰ ਉਹ ਐਸ ਵੇਲੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚੋਣ ਬੁਖਾਰ ਚੜ੍ਹਿਆ ਹੋਇਆ ਔਰ ਉਹਦੇ ਵਿੱਚ ਜਿਆਦਾ ਉਹ ਗੱਲਾਂ ਲੈ ਕੇ ਜਾਊਗਾ ਇਸ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਪੰਜਾਬੀਆਂ ਨੂੰ ਆਹਵਾਨ ਕਰਦੇ ਆਂ ਵੀ ਪਰਾਵੋ ਦਿੱਲੀ ਦਾ ਤਖਤ ਫੇਰ ਪੰਜਾਬ ਨੂੰ ਵੰਗਾਰ ਰਿਹਾ ਵਾ ਔਰ ਸਾਨੂੰ ਡੈਮੋਕਰੈਟਿਕ ਤਰੀਕੇ ਨਾਲ ਪੀਸਫੁਲੀ ਤਰੀਕੇ ਨਾਲ ਇਹ ਮੋਦੀ ਜੀ ਦੀ ਰੈਲੀ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਣੀ ਚਾਹੀਦੀ ਧੰਨ